दोस्तों आज असी तुहानू एक इस तरह का घरेलू नुस्खा दसन वाले हाँ जिस नाल पेट की एसिडिटी खून की एसिडिटी यूरिक एसिड कोलेस्ट्रोल नसा विच ब्लॉकेज और डायबिटीज बिना दवाई तो बिल्कुल ठीक हो जाएगा। इस नाल बात पित्त और कफ दी सारियां समस्यावां ठीक होंदियां हन। इस नुस्खे नाल तुसी कई गंभीर बीमारियां ठीक कर सकते हो। दोस्तों आयुर्वेद विच बहुत सारिया इस तरह दी चीज़ां होंदियां हन जिन्हां दी सानू सही जानकारी होवे ਤਾਂ ਅਸੀਂ ਬਹੁਤ ਸਾਰੇ ਰੋਗ ਬਿਨਾਂ ਡਾਕਟਰ ਕੋਲ ਜਾਏ ਠੀਕ ਕਰ ਸਕਦੇ ਹਾਂ। ਪੁਰਾਣੇ ਸਮੇਂ ਵਿੱਚ ਲੋਕ ਇਸੇ ਜੜੀ ਬੂਟੀਆਂ ਨਾਲ ਆਪਣਾ ਇਲਾਜ ਕਰਦੇ ਸਨ, ਪਰ ਅੱਜ ਕੱਲ੍ਹ ਛੋਟੀ ਤੋਂ ਛੋਟੀ ਬਿਮਾਰੀ ਲਈ ਦਵਾਈ ਲੈਂਦੇ ਹਨ। ਅੱਜ ਅਸੀਂ ਤੁਹਾਨੂੰ ਇੱਕ ਇਸ ਤਰ੍ਹਾਂ ਦੇ ਨੁਸਖੇ ਬਾਰੇ ਦੱਸਾਂਗੇ ਜਿਸ ਨਾਲ ਅਸੀਂ ਬਹੁਤ ਸਾਰੇ ਰੋਗ ਠੀਕ ਕਰ ਸਕਦੇ ਹਾਂ। ਇਹ ਵੀ ਦੱਸਾਂਗੇ ਕਿ ਇਹ ਨੁਸਖਾ ਬਣਾਉਣਾ ਕਿਸ ਤਰ੍ਹਾਂ ਹੈ ਅਤੇ ਲੈਣਾ ਕਿਸ ਤਰ੍ਹਾਂ ਹੈ। ਇਸ ਤੋਂ ਪਹਿਲਾਂ ਜੇ ਤੁਸੀਂ ਸਾਡਾ ਫੇਸਬੁੱਕ ਅਤੇ ਯੂਟਿਊਬ ਚੈਨਲ ਸਿਹਤ ਪੰਜਾਬ ਹੈਲਥ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਰ ਲਓ। ਦੋਸਤੋ ਸਵੇਰ ਦੀ ਚਾਹ ਤਾਂ ਹਰ ਘਰ ਵਿੱਚ ਬਣਦੀ ਹੈ, ਸਾਨੂੰ ਸਿਰਫ ਇਸ ਔਸ਼ਧੀ ਦੀ ਚਾਹ ਬਣਾ ਕੇ ਪੀਣੀ ਹੈ। ਇਸ ਨੁਸਖੇ ਲਈ ਸਾਨੂੰ ਤਿੰਨ ਚੀਜ਼ਾਂ ਦੀ ਜ਼ਰੂਰਤ ਪਵੇਗੀ। ਸਭ ਤੋਂ ਪਹਿਲੀ ਚੀਜ਼ ਹੈ ਅਰਜੁਨ ਦੀ ਛਾਲ। ਇਹ ਤੁਹਾਨੂੰ ਹਰ ਆਯੁਰਵੈਦਿਕ ਦੁਕਾਨ ਤੇ ਬੜੀ ਆਸਾਨੀ ਨਾਲ ਮਿਲ ਜਾਵੇਗਾ। ਇਸ ਦੀ ਤਸੀਰ ਠੰਡੀ ਹੁੰਦੀ ਹੈ ਅਤੇ ਇਹ ਦਿਲ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਇਹ ਦਿਲ ਨੂੰ ਤੰਦਰੁਸਤ ਰੱਖਦਾ ਹੈ, ਖੂਨ ਅਤੇ ਨਸਾਂ ਵਿੱਚ ਜੰਮੇ ਹੋਏ ਕੋਲੈਸਟ੍ਰੋਲ ਨੂੰ ਸਾਫ਼ ਕਰਦਾ ਹੈ, ਵਧੇ ਹੋਏ ਵਜਨ ਨੂੰ ਘੱਟ ਕਰਦਾ ਹੈ ਅਤੇ ਇਹ ਡਾਇਬਟੀਜ਼ ਲਈ ਤਾਂ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੈ। ਇਹ ਸ਼ੂਗਰ ਨੂੰ ਹਮੇਸ਼ਾ ਕੰਟਰੋਲ ਕਰਕੇ ਰੱਖਦਾ ਹੈ। ਇਸ ਤੋਂ ਇਲਾਵਾ ਪੇਟ ਵਿੱਚ ਅਲਸਰ ਹੋ ਗਿਆ ਹੋਵੇ ਤਾਂ ਇਹ ਉਸ ਨੂੰ ਵੀ ਠੀਕ ਕਰ ਦਿੰਦਾ ਹੈ, ਕਫ ਅਤੇ ਪਿੱਤ ਨੂੰ ਵੀ ਘੱਟ ਕਰਦਾ ਹੈ। ਇਸ ਦੇ ਨਾਲ ਨਾਲ ਇਹ ਟੁੱਟੀ ਹੋਈ ਹੱਡੀ ਲਈ ਵੀ ਬਹੁਤ ਜ਼ਿਆਦਾ ਫਾਇਦੇਮੰਦ ਹੈ, ਪੇਟ ਦੀ ਐਸੀਡਿਟੀ ਅਤੇ ਖੂਨ ਦੀ ਐਸੀਡਿਟੀ ਨੂੰ ਵੀ ਘੱਟ ਕਰ ਦਿੰਦਾ ਹੈ। ਜੇ ਤੁਹਾਡੇ ਸਰੀਰ ਵਿੱਚ ਸੋਜ ਦੀ ਸਮੱਸਿਆ ਰਹਿੰਦੀ ਹੈ ਤਾਂ ਇਹ ਉਸ ਨੂੰ ਵੀ ਠੀਕ ਕਰ ਦੇਵੇਗਾ। ਜੇ ਤੁਹਾਡਾ ਬਲੱਡ ਪ੍ਰੈਸ਼ਰ ਵੱਧਦਾ ਹੈ ਤਾਂ ਫਿਰ ਵੀ ਇਹ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੈ। ਦੋਸਤੋ ਇੱਥੇ ਆਪਾਂ ਲਵਾਂਗੇ ਇੱਕ ਚਮਚ ਅਰਜੁਨ ਦੀ ਛਾਲ ਦਾ ਪਾਊਡਰ ਅਤੇ ਦੂਜੀ ਚੀਜ਼ ਜੋ ਲੈਣੀ ਹੈ ਉਹ ਹੈ ਗੁੜ। ਗੁੜ ਵੀ ਸਾਡੇ ਸਰੀਰ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੈ। ਇਹ ਸਾਡੀ ਪਾਚਨ ਸ਼ਕਤੀ ਨੂੰ ਵਧਾਉਂਦਾ ਹੈ ਅਤੇ ਖਾਣੇ ਨੂੰ ਬਹੁਤ ਜਲਦੀ ਪਚਾ ਦਿੰਦਾ ਹੈ। ਜੇ ਤੁਹਾਨੂੰ ਬਹੁਤ ਜ਼ਿਆਦਾ ਥਕਾਵਟ ਅਤੇ ਕਮਜ਼ੋਰੀ ਰਹਿੰਦੀ ਹੈ ਤਾਂ ਇਸ ਤਰ੍ਹਾਂ ਦੇ ਲੋਕਾਂ ਨੂੰ ਗੁੜ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ਕਿਉਂਕਿ ਇਸ ਨਾਲ ਐਨਰਜੀ ਲੈਵਲ ਵੱਧਦਾ ਹੈ। ਇੱਥੇ ਤੁਸੀਂ ਡਾਰਕ ਕਲਰ ਦਾ ਗੁੜ ਲੈਣਾ ਹੈ, ਪੀਲੇ ਰੰਗ ਦਾ ਗੁੜ ਨਹੀਂ ਲੈਣਾ। ਅਗਲੀ ਚੀਜ਼ ਜੋ ਲੈਣੀ ਹੈ ਉਹ ਹੈ ਇੱਕ ਚਮਚ ਸੌਂਫ। ਸੌਂਫ ਸਾਡੇ ਪੇਟ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੈ। ਜੇ ਤੁਹਾਨੂੰ ਖੱਟੇ ਡਕਾਰ ਆਉਂਦੇ ਹਨ, ਐਸੀਡਿਟੀ, ਕਬਜ਼ ਅਤੇ ਪੇਟ ਦੀ ਕੋਈ ਵੀ ਸਮੱਸਿਆ ਹੈ ਤਾਂ ਸੌਂਫ ਇਸ ਨੂੰ ਬਿਲਕੁਲ ਠੀਕ ਕਰ ਦਿੰਦੀ ਹੈ। ਹੁਣ ਆਪਾਂ ਲਵਾਂਗੇ ਡੇਢ ਗਿਲਾਸ ਪਾਣੀ ਅਤੇ ਇਸ ਪਾਣੀ ਵਿੱਚ ਇੱਕ ਚਮਚ ਅਰਜੁਨ ਦੀ ਛਾਲ ਦਾ ਪਾਊਡਰ ਅਤੇ ਇੱਕ ਚਮਚ ਸੌਂਫ ਮਿਲਾ ਕੇ ਉਬਾਲ ਲਵਾਂਗੇ। ਜਦੋਂ ਪਾਣੀ ਅੱਧਾ ਰਹਿ ਜਾਵੇ ਤਾਂ ਇਸ ਨੂੰ ਛਾਣ ਲਵਾਂਗੇ। ਫਿਰ ਇਸ ਵਿੱਚ ਇੱਕ ਚਮਚ ਗੁੜ ਦਾ ਮਿਲਾ ਕੇ ਚੰਗੀ ਤਰ੍ਹਾਂ ਘੋਲ ਲਵਾਂਗੇ। ਜੇ ਤੁਹਾਨੂੰ ਡਾਇਬਟੀਜ਼ ਹੈ ਤਾਂ ਇੱਥੇ ਗੁੜ ਦਾ ਇਸਤੇਮਾਲ ਨਾ ਕਰੋ ਜਾਂ ਫਿਰ ਘੱਟ ਤੋਂ ਘੱਟ ਕਰੋ। ਫਿਰ ਇਸ ਕਾੜੇ ਨੂੰ ਚਾਹ ਦੀ ਤਰ੍ਹਾਂ ਆਰਾਮ ਨਾਲ ਪੀਓ। ਦੋਸਤੋ ਇਸ ਨੁਸਖੇ ਨੂੰ ਸਵੇਰੇ ਖਾਲੀ ਪੇਟ ਲੈਣਾ ਹੈ। ਇਸ ਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੈ, ਤੁਸੀਂ ਇਸ ਨੂੰ ਰੋਜ਼ਾਨਾ ਲੈ ਸਕਦੇ ਹੋ। ਇਸ ਨਾਲ ਤੁਹਾਡੇ ਸਰੀਰ ਨੂੰ ਬਹੁਤ ਜ਼ਿਆਦਾ ਫਾਇਦੇ ਮਿਲਣਗੇ, ਤੁਹਾਡੀਆਂ ਬਹੁਤ ਸਾਰੀਆਂ ਬਿਮਾਰੀਆਂ ਬਿਲਕੁਲ ਠੀਕ ਹੋ ਜਾਣਗੀਆਂ। ਉਮੀਦ ਹੈ ਇਹ ਜਾਣਕਾਰੀ ਤੁਹਾਡੇ ਲਈ ਫਾਇਦੇਮੰਦ ਹੋਵੇਗੀ। ਵੀਡੀਓ ਦੇਖਣ ਲਈ ਧੰਨਵਾਦ।